अस्सलाम वालेकुम जी। वालेकुम सलाम जी। तुहाडा नाम की भाई जी? जी मेरे नाम अली मोहम्मद। ते तुहाडे वालिद साहब दा नाम? शाह मोहम्मद। शाह मोहम्मद। ते दादा जी दा नाम दा भी पता जी? जी पता, सजौल। तुहाडा जिहड़ा पिंड सी नशहरा विरकां च जी, ओहदा की नाम सी जी? ओहदा नाम जी कुरड़। कुरड़? कुरड़। अच्छा जी। गोंदड़ां दा पिंड। ਇਹਦੇ ਇਰਦ ਗਿਰਦ ਜਿਹੜੇ ਕੋਈ ਦੋ ਚਾਰ ਪਿੰਡ ਸਨ ਜੀ ਜੀ, ਉਹਨਾਂ ਦੇ ਨਾਮ ਦੱਸੋਗੇ ਸਾਨੂੰ ਜੀ? ਅੱਲਾ ਖੈਰ ਕਰੇ, ਦੱਸਾਂਗੇ ਜੀ। ਬਿਸਮਿਲ੍ਲਾ। ਇਹਦੇ ਕਰੀਬ ਨਾਲ ਲੱਗਦੇ ਜੀ ਜੀ ਜੀ, ਕੋਈ ਇੱਕ ਦੋ ਪਿੰਡ ਇਹਦੇ ਨਾਲ ਕਰੀਬ ਲੱਗਦਾ। ਮੰਗੋ ਕੇ ਜੀ, ਪਿੰਡ ਵਿਰਕਾਂ ਦਾ। ਅੱਛਾ ਜੀ। ਇਹਦੇ ਨਾਲ ਲੱਗਦੀ 48 ਵਿਰਕਾਂ ਦੀ। ਇਹਦੇ ਨਾਲ ਲੱਗਦਾ ਆਪਣਾ ਸ਼ਮਸ਼ਾ ਟੱਡਾ ਅਤੇ ਆਪਣਾ ਬੱਲੋ ਕੇ। ਚਲੋ ਠੀਕ ਹੋ ਗਿਆ। ਰਪਾਲ ਪੱਟੀਆਂ ਦਾ ਜੀ, ਠੀਕ ਹੋ ਗਿਆ। ਅਤੇ ਨਸ਼ਹਿਰਾ ਵਿਰਕਾਂ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ? ਤਕਰੀਬਨ 4-5 ਮੀਲ ਸੀ। ਅੱਛਾ ਜੀ। ਅਤੇ ਉਹ ਜਿਹੜਾ ਪਿੰਡ ਸੀ ਜੀ ਤੁਹਾਡਾ ਕੁਰੜ, ਉਹਦੇ 'ਚ ਮੁਸਲਿਮ ਆਬਾਦੀ ਅਤੇ ਸਿੱਖ ਅਤੇ ਖੱਤਰੀਆਂ ਦੀ ਆਬਾਦੀ ਹੈ ਸੀ ਜੀ? ਜੀ ਨਹੀਂ, ਸਿਰਫ ਮੁਸਲਮਾਨ ਸਨ। ਅੱਛਾ ਜੀ। ਇੱਕ ਘਰ ਖੱਤਰੀਆਂ ਦਾ ਸੀ ਜੀ, ਉਹ 3 ਭਰਾ ਸਨ। ਅੱਛਾ ਜੀ। ਅਤੇ ਇੱਕ ਮਾਈ ਜੀ ਵਡੇਰੀ ਜੀ ਸੀ ਜੀ, ਇੱਕ ਬਾਹਮਣ ਸੀ। ਅੱਛਾ ਜੀ। ਦੋ ਜੀ ਉਹ ਸਨ, ਦੂਜਾ ਸਾਰਾ ਪਿੰਡ ਟੋਟਲੀ ਮੁਸਲਮਾਨ। ਇਹ ਖੱਤਰੀ ਜਿਹੜੇ ਨੇ ਜੀ, ਇਹ ਕੋਈ ਦੁਕਾਨ ਸ਼ਕਾਨ ਕਰਦੇ ਸਨ? ਹਾਂ, ਦੁਕਾਨ ਕਰਦੇ ਸਨ। ਅੱਛਾ ਜੀ। ਉਹਨਾਂ ਦੀ ਦੁਕਾਨ? ਉਹਨਾਂ ਦੇ ਕਿਸੇ ਉਹਨਾਂ ਦੇ ਉਹ ਦੁਕਾਨਦਾਰ ਦੇ ਨਾਮ ਦਾ ਪਤਾ ਜੀ? ਜੀ ਪਤਾ। ਕੀ ਨਾਂ ਸੀ? ਇੱਕ ਦਿਨ ਸਰਦਾਰੀ ਜਿਹੜਾ ਸਾਡਾ ਸਾਰਿਆਂ ਤੋਂ ਵੱਡਾ ਸੀ, ਉਹਦੇ ਨਾਲ ਸਰਦਾਰੀ ਸੀ ਜੀ। ਉਦੋਂ ਨਿੱਕਾ ਜਿਹੜਾ ਸੀ ਉਹਦੇ ਨਾਲ ਕਰਤਾਰ ਸੀ। ਅੱਛਾ ਜੀ। ਉਦੋਂ ਨਿੱਕਾ ਜਿਹੜਾ ਸੀ ਉਹਦੇ ਨਾਲ ਚਿਮਨ ਸੀ। 3 ਭਰਾ। ਤੁਹਾਡੇ ਪਿੰਡ 'ਚ ਮਸਜਿਦ ਹੈ ਸੀ ਜੀ? ਜੀ ਅਲਹਮਦੁਲਿਲਾ। ਇੱਕ ਕਿ ਦੋ? ਇੱਕ ਮਸਜਿਦ। ਅਤੇ ਉਹ ਜਿਹੜੇ ਖੱਤਰੀ ਸਨ ਜੀ, ਉਹਨਾਂ ਦਾ ਮੰਦਰ ਛੰਦਰ ਕੋਈ ਨਹੀਂ ਸੀ? ਕੋਈ ਨਹੀਂ। ਅਤੇ ਆਬਾਦੀ ਕਿੰਨੀ ਕੁ ਸੀ ਭਾਈ ਜੀ? ਤਕਰੀਬਨ ਆਬਾਦੀ ਜਿਹੜੀ ਹੈ ਨਾ, ਉਹ ਪੂਰੀ ਜੀ ਸੀ, ਛੋਟੇ ਛੋਟੇ ਠੱਟੇ ਸਨ ਸਾਰੇ। ਅੱਛਾ। ਤਕਰੀਬਨ ਅੰਦਾਜ਼ ਤਾਂ ਉਸਦਾ ਕੋਈ ਨਹੀਂ ਕਹੂੰਗਾ, ਅਸਾਂ ਕਿਹੜਾ ਉੱਧਰ ਗੌਰ ਕੀਤੀ ਸੀ ਜੀ। ਤੁਸੀਂ ਤਕਰੀਬਨ ਅੱਠੇ ਸੱਟੇ ਦੇ ਨਾਲ ਕੋਈ 40-50 ਘਰ ਹੋਣਗੇ। 40-50 ਘਰ ਹੋਣਗੇ। ਅਤੇ ਅੱਛਾ, ਉਹ ਫਿਰ ਤੁਹਾਡੇ ਪਿੰਡ ਸਾਰੇ ਮੁਸਲਮਾਨ ਸਨ, ਸਿੱਖ ਜੱਟ ਕੋਈ ਨਹੀਂ ਸਨ? ਨਾ, ਕੋਈ ਨਹੀਂ, ਕੋਈ ਨਹੀਂ। ਅਤੇ ਜਿਹੜੇ ਤੁਹਾਡੇ ਨਾਲ ਪਿੰਡ ਸਨ ਉਹਨਾਂ 'ਚ ਹੈ ਸਨ ਜੀ? ਮੰਗੋਕਾਂ 'ਚ ਹੀ ਸਨ ਜੀ। ਹਰਪਾਲ 'ਚ ਕੋਈ ਨਹੀਂ ਸੀ ਜੀ। ਬੱਲੋਕਿਆਂ 'ਚ ਕੁਝ ਥੋੜ੍ਹੇ ਜਿਹੇ ਆਏ ਸਨ ਜੀ। ਕਾਸਮਪੁਰ ਕੋਈ ਨਹੀਂ ਸੀ। ਅੱਛਾ ਜੀ। ਅਤੇ ਇਸੇ ਤਰ੍ਹਾਂ 48 ਵਿਰਕਾਂ ਦੇ 'ਚ ਹੈ ਸਨ ਸਾਲ ਕੇ। ਇਹ ਫਿਰ ਇਹ ਜਿਹੜੇ ਤੁਹਾਡੇ ਨਾਲ ਦੇ ਦੁਆਲੇ ਦੇ ਪਿੰਡ ਸਨ, ਇਹਨਾਂ ਦੇ ਜਿਹੜੇ ਸਿੱਖ ਸਨ, ਉਹਨਾਂ ਦੀ ਫਿਰ ਤੁਹਾਡੇ ਪਿੰਡ ਦੇ ਲੋਕਾਂ ਨਾਲ ਕੋਈ ਵਰਤੋਂ ਆਇਆ ਸੀ? ਬੜੀ ਵਰਤੋਂ। ਅੱਛਾ। ਨੌਂਦਰੇ ਭਾਜੀ ਵੀ? ਅੱਛਾ। ਉਹਨਾਂ 'ਚੋਂ ਕਿਸੇ ਦਾ ਨਾਮ ਆਉਂਦਾ ਜੀ? ਬੜਿਆਂ ਦਾ ਹੀ ਨਾਂ ਆਉਂਦਾ ਜੀ। ਥੋੜ੍ਹਾ ਉੱਚੀ ਬੋਲੋ ਜੀ। ਬੜਿਆਂ ਦਾ ਹੀ ਨਾਂ ਆਉਂਦਾ ਜੀ। ਦੱਸੋ। ਮੰਗੋ ਕਿ ਇੱਕ ਹੁੰਦਾ ਸੀ ਬਾਬਾ ਅੱਲਾ ਸਿੰਘ। ਅੱਲਾ ਸਿੰਘ ਨਾਂ ਕੀ ਲੱਗਦਾ? ਫੌਜਾ ਸਿੰਘ। ਫੌਜਾ ਸਿੰਘ। ਉਹ 3 ਭਾਈ ਸਨ ਜੀ। ਇੱਕ ਦਿਨ ਰੁਲਦੀ ਸੀ, ਉਹਦਾ ਧੀ ਪੁੱਤਰ ਕੋਈ ਨਹੀਂ ਸੀ। ਅੱਛਾ ਜੀ। ਇੱਕ ਜਿਹੜਾ ਫੌਜਾ ਸਿੰਘ ਜੀ, ਉਹਦੇ ਦੋ ਬੇਟੇ ਸਨ। ਇੱਕ ਜਿਹੜਾ ਸੀ ਉਹਦੇ ਨਾਂ ਸੀ, ਚਲੋ ਯਾਦ ਆ, ਜੱਗਾ ਸਿੰਘ ਜੀ। ਜੱਗਾ ਸਿੰਘ। ਇਹ ਤੁਹਾਨੂੰ ਮਾਸ਼ਾਅੱਲਾ ਯਾਦ ਨੇ, ਬੜੀ ਗੱਲ ਹੈ ਤੁਹਾਡੀ, ਬੜੀ ਅੱਛੀ ਯਾਦ ਵਾਸਤੇ। ਨਾਲ ਹੀ ਉਹ ਪਿੰਡ ਸੀ, ਉਹਨਾਂ ਦੀ ਵਰਤੋਂ ਤੁਹਾਡੇ ਪਿੰਡ ਨਾਲ ਆਇਆ ਸੀ ਅਤੇ ਤੁਹਾਡਿਆਂ ਵਡੇਰਿਆਂ ਨਾਲ ਵੀ ਸੀ? ਕੀ ਵਡੇਰਿਆਂ ਨਾਲ? ਕਿ ਮੈਂ ਉਹ ਰਕਬਾ ਬੰਨਦਾ ਰਿਹਾ। ਉਹਨਾਂ ਦਾ ਰਕਬਾ ਤੁਹਾਡੇ ਵਡੇਰੇ ਬੰਨਦੇ ਰਹੇ? ਮੈਂ ਖੁਦ ਬੰਨਦਾ ਰਿਹਾ। ਇਹ ਉਹਨਾਂ ਦਾ ਰਕਬਾ ਤੁਹਾਡੇ ਪਿੰਡ ਤੋਂ ਕਿੰਨੀ ਦੂਰ ਸੀ? ਤਕਰੀਬਨ ਇਹ ਸਮਝ ਲਓ ਕਿ ਮੀਲ ਦਾ ਫਰਕ, ਪਿੰਡ ਦਾ ਸਾਰੇ ਦਾ ਅਤੇ ਉਹਨਾਂ ਦੇ ਡੇਰੇ ਦਾ ਮੀਲ ਦਾ ਫਰਕ ਸੀ, ਉਂਝੋ ਕਰ ਰਕਬਾ ਕਰੀਬ ਸੀ। ਜਿਵੇਂ ਕਿ ਮਧੂਖਲੀ ਦਾ ਰਕਬਾ ਜਿਹੜਾ ਸਾਨੂੰ ਲੱਦੇ ਵਾਲੇ ਨੂੰ ਲੱਗਦਾ। ਅੱਛਾ, ਉਹ ਰਕਬਾ ਖੂਹ ਨਾਲ ਵਗਦਾ ਸੀ ਜੀ? ਨਹਿਰੀ ਪਾਣੀ ਨਾਲ ਜੀ, ਖੂਹ ਨਹੀਂ ਸੀ? ਉੱਥੇ ਕੋਈ ਖੂਹ ਨਹੀਂ, ਮੇਰੇ ਵੇਖਣ 'ਚ ਕੋਈ ਖੂਹ ਨਹੀਂ, ਪਹਿਲਾਂ ਦਾ ਨਹੀਂ ਪਤਾ। ਅੱਛਾ, ਉਹ ਤੁਸੀਂ ਹਿੱਸੇ 'ਤੇ ਬੰਨਦੇ ਹੋ? ਠੇਕੇ 'ਤੇ? ਹਿੱਸੇ 'ਤੇ। ਅਤੇ ਕੀ ਫਸਲਾਂ ਹੁੰਦੀਆਂ ਉੱਥੇ? ਫਸਲ ਹੁੰਦੀ ਸਾਡੇ ਮੂੰਗੀ, ਵਿਰਲੀ ਬਾਹਮੀ। ਅੱਛਾ ਜੀ। ਕਮਾਦ ਹੋ ਗਿਆ ਕੋਈ ਥੋੜ੍ਹਾ ਬਹੁਤਾ? ਅੱਛਾ ਜੀ। ਜ਼ਿਆਦਾ ਫਸਲ ਜਿਹੜੇ ਨੇ ਉਹ ਕਣਕ ਦਾ ਹੁੰਦਾ ਸੀ। ਅੱਛਾ ਜੀ। ਉਹ ਬਾਕੀ ਜਿਹੜੀ ਸੀ ਪਈ ਹੁੰਦੀ, ਜਿਹਦੇ ਤੋਂ ਅਸੀਂ ਜ਼ਮੀਨ ਲੈਣੀ ਹੁੰਦੀ ਸੀ ਹਿੱਸੇ 'ਤੇ ਜੀ। ਸਾਲੇ 'ਚ 20 ਪੈਲੀਆਂ ਦੀ ਜ਼ਮੀਨ ਹੈ ਅਤੇ 5 ਪੈਲੀਆਂ ਡੰਗਰਾਂ ਲਈ ਵੀ ਰੱਖਣੀ ਹੁੰਦੀ ਸੀ, ਕਿ ਡੰਗਰਾਂ ਦਾ ਕਿਤੇ ਚਾਰ। ਠੀਕ ਹੈ।
ਇਹ ਫਿਰ ਉਹਨਾਂ ਦੇ ਮੁੰਡੇ ਤੇ ਤੁਸੀਂ ਰਲ ਕੇ ਡੰਗਰ ਚਾਰਦੇ ਸੋ ਰਲ ਕੇ ਤੇ ਉਹ ਜਿਹੜੇ ਮੁੰਡਿਆਂ ਨਾਲ ਰਲ ਕੇ ਡੰਗਰ ਚਾਰਦੇ ਸੋ ਉਹਨਾਂ ਚੋਂ ਕਿਸੇ ਦਾ ਨਾਂ ਆਉਂਦਾ ਉਹ ਬੜਿਆਂ ਦੀ ਆਉਂਦਾ ਕਈਆਂ ਦਾ ਭੁੱਲ ਵੀ ਗਿਆ ਕੋਈ ਨਹੀਂ ਜਿਹਨਾਂ ਦਾ ਆਉਂਦਾ ਮੁੰਡੇ ਸਿੱਖਾਂ ਦੇ ਸਨ ਮਤਲਬ ਉਹਨਾਂ ਦਾ ਨਾਂ ਨਹੀਂ ਉਹਨੂੰ ਯਾਦ ਪਾਉਂਦੇ ਤੁਸੀਂ ਮੈਨੂੰ ਪਹਿਲਾਂ ਦੱਸ ਚਲੋ ਮੈਂ ਯਾਦ ਕਰ ਚਲੋ ਨਹੀਂ ਕੋਈ ਨਹੀਂ ਗੱਲ ਤੁਹਾਨੂੰ ਨਹੀਂ ਉਹਨਾਂ ਨਾਲ ਫਿਰ ਤੁਸੀਂ ਖੇਡਦੇ ਸੋ ਨਾਲੇ ਡੰਗਰ ਚਾਰਦੇ ਡੰਗਰ ਚਾਰਦੇ ਹਾਂ ਖੇਡਦੇ ਹਾਂ ਉਧਰੋਂ ਦੀ ਰਲ ਕੇ ਵੱਸਦੇ ਸਾਂ ਵੱਸਦੇ ਸੋ ਵਰਤੇ ਵਰਤਾਉਂਦੇ ਸਾਂ ਅੱਛਾ ਉੱਥੇ ਤੁਹਾਡੇ ਨੇੜੇ ਕੋਈ ਮੇਲਾ ਲੱਗਦਾ ਸੀ ਹਾਂ ਮੇਲੇ ਲੱਗਦੇ ਸਨ ਕਿੱਥੇ ਜੀ ਆਪਣਾ ਹਰਪਾਲ ਵੀ ਮੇਲਾ ਲੱਗਦਾ ਸੀ ਸਾਉਣ 'ਚ ਅੱਛਾ ਜੀ ਉਦੋਂ ਇਲਾਵਾ ਮੰਗੋ ਕੀ ਵੀ ਮੇਲਾ ਲੱਗਦਾ ਸੀ ਮੰਗੋ ਕੀ ਵੀ ਲੱਗਦਾ ਸੀ ਗਿਆ ਤੇ ਫਿਰ ਉੱਥੇ ਕੌਡੀ ਛੋਟੀ ਹੁੰਦੀ ਸੀ ਜੀ ਹਾਂ ਜੀ ਕੌਡੀ ਹੁੰਦੀ ਸੀ ਕੋਲ ਕੁਸ਼ਤੀ ਜਾਂ ਕੌਡੀ ਕੋਲ ਕੁਸ਼ਤੀ ਬਸ ਕੁਝ ਹੁੰਦਾ ਸੀ ਜਾਂ ਗਾਉਣ ਗੂਣ ਵਾਲੇ ਹੁੰਦੇ ਸਨ ਕੰਜਰੀਆਂ ਦਾ ਉਸ ਵੇਲੇ ਬੜਾ ਰਿਵਾਜ ਹੁੰਦਾ ਸੀ ਕੰਜਰੀਆਂ ਵੀ ਹੁੰਦੀਆਂ ਅੱਛਾ ਅੱਛਾ ਇਹ ਫਿਰ ਸਿੱਖ ਸੁੱਖ ਸਾਰੇ ਸੁਣਦੇ ਹੋਣੇ ਨੇ ਜਾ ਸਾਰੇ ਰਲ ਕੇ ਹੀ ਤੇ ਤੁਹਾਡਾ ਪਿੰਡ ਜਿਹੜਾ ਉਹਦੇ ਨੰਬਰਦਾਰ ਕਿੰਨੇ ਸਨ ਇੱਕ ਕੀ ਨਾਂ ਸੀ ਉਹਨਾਂ ਦਾ ਸਰਦਾਰ ਆ ਸਰਦਾਰ ਅੱਛਾ ਉਹ ਤੇ ਗੋਂਦਲ ਜੱਟ ਸਨ ਜੀ ਗੋਂਦਲ ਗੋਂਦਲ ਜੱਟ ਇਹ ਜਿਹਨਾਂ ਦੀ ਤੁਸੀਂ ਵਾਹੀ ਕਰਦੇ ਸੋ ਜਿਹਨਾਂ ਕੋਲ ਠੇਕੇ ਤੇ ਲੈ ਕੇ ਇਹ ਵੀ ਗੋਂਦਲ ਸਨ ਨਹੀਂ ਇਹ ਵਿਰਖ ਸਨ ਇਹ ਵਿਰਖ ਸਨ ਅੱਛਾ ਜਿਹੜੇ ਵੀ ਬਾਂਦੇ ਫਿਰ ਉਹ ਸਾਰੇ ਜਿੱਥੋਂ ਲੱਭੀ ਮੁਜ਼ਾਰਾ ਚ ਥਾਂ ਦਾ ਸਾਰੇ ਜਿੱਥੋਂ ਲੱਭੀ ਵਾਲੇ ਇਹਨਾਂ ਨਾਲ ਫਿਰ ਤੁਹਾਡਾ ਚੋਖਾ ਵਕਤ ਗੁਜ਼ਰਿਆ ਜੀ ਸਾਰਿਆਂ ਨਾਲ ਬੜਾ ਦੁਆਲ ਦੇ ਲੋਕਾਂ ਬੜਿਆਂ ਨਾਲ ਵਰਕ ਇਸ ਤੋਂ ਇਲਾਵਾ ਵੀ ਤੁਸੀਂ ਹੋਰ ਕਿਸੇ ਦੀ ਜ਼ਮੀਨ ਠੇਕੇ ਤੇ ਲੈ ਕੇ ਵਾਈ ਹੈ ਜੀ ਵਾਈ ਹੈ ਉਹਨਾਂ ਦੇ ਵੀ ਕੋਈ ਨਾਮ ਯਾਦ ਨੇ ਉਹਨਾਂ ਦੇ ਵੀ ਨਾਮ ਯਾਦ ਨੇ ਉਹ ਬਾਠ ਬਾਠ ਇੱਕ ਪਿੰਡ ਹੈ ਤੂਰ ਬਾਠ ਤੂਰ ਬਾਠ ਉਹ ਜ਼ਮੀਨ ਮੈਂ ਬਣਦਾ ਰਿਹਾ ਅੱਛਾ ਜੀ ਉਹਨਾਂ ਦੀ ਇੱਥੇ ਮੌਜੂਦਗੀ ਜਦੋਂ ਪਾਕਿਸਤਾਨੀ ਸੀ ਬਣਿਆ ਰਲ ਕੇ ਬਣਦੇ ਸਨ ਉਹ ਵੀ ਠੇਕੇ ਤੇ ਜੀ ਠੇਕੇ ਤੇ ਅੱਛਾ ਉਹਨਾਂ ਚੋਂ ਕਿਸੇ ਦਾ ਨਾਮ ਯਾਦ ਹੈ ਜੀ ਨਾਂ ਯਾਦ ਹੈ ਜੀ ਦੱਸੋ ਹਾਂ ਇੱਕ ਦਿਨ ਅਸੀਂ ਫੌਜਾ ਸਿੰਘ ਅੱਛਾ ਜੀ ਜੱਗਾ ਸਿੰਘ ਅੱਛਾ ਜੀ ਇੱਕ ਦਿਨ ਅਸੀਂ ਫੌਜਾ ਸਿੰਘ ਦੋ ਭਰਾ ਸਨ ਉਹਦਾ ਜਿਹੜਾ ਅਸਲ ਮਾਲਕ ਸੀ ਨਾ ਉਹਦਾ ਮੈਨੂੰ ਨਾਂ ਨਹੀਂ ਆਉਂਦਾ ਇਹ ਉਹਦਾ ਧੀ ਪੁੱਤਰ ਕੋਈ ਨਹੀਂ ਸੀ ਅੱਛਾ ਅੱਗੋਂ ਇਹ ਕੋਈ ਘਰ ਜਵਾਈ ਜਾਂ ਕੋਈ ਇਸ ਤਰ੍ਹਾਂ ਸੀ ਨਹੀਂ ਨਹੀਂ ਜੀ ਉਹ ਜਿਹੜਾ ਸੀ ਨਾ ਉਹ ਬਾਬਾ ਵਡੇਰਾ ਸੀ ਮੈਂ ਵੇਖਿਆ ਬਾਬਾ ਵਡੇਰਾ ਹੋਇਆ ਸੀ ਕਾਫੀ ਵਡੇਰਾ ਸੀ ਜੀ ਜੀ ਇਹ ਜਿਹੜੇ ਉਹਦੇ ਇਹ ਵੀ ਸਿੱਖ ਸਨ ਹੈ ਸਨ ਬੇਮਾਲਕ ਜੀ ਇਹਨਾਂ ਉਹਦੇ ਰਾਬਤਾ ਕੀਤਾ ਕਿ ਤੂੰ ਸਾਨੂੰ ਇੱਕ ਮੁਰੱਬਾ ਜ਼ਮੀਨ ਦੇ ਛੱਡ ਅਸੀਂ ਤੈਨੂੰ ਜਨਾਨੀ ਕਰਾ ਦਿੰਦੇ ਹਾਂ ਅੱਛਾ ਉਸ ਆਖਿਆ ਮੈਂ ਮੁਰੱਬਾ ਜ਼ਮੀਨ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਕਰੋ ਕਿ ਤੁਸੀਂ 20 ਸਾਲ ਮੁਤਾਜ਼ਰੀ 2 ਮੁਰੱਬੇ ਜ਼ਮੀਨ ਲੈ ਲਓ ਅੱਛਾ 20 ਸਾਲ ਮੁਤਾਜ਼ਰੀ 2 ਮੁਰੱਬੇ ਜ਼ਮੀਨ ਲੈ ਲਓ ਜ਼ਮੀਨ ਲੈ ਲਓ ਮੈਨੂੰ ਜਨਾਨੀ ਲਿਆ ਦਿਓ ਅੱਛਾ ਉਹਨਾਂ ਜਨਾਨੀ ਲਿਆਉਂਦੀ ਫਿਰ ਉਹ ਢੋਰੂ ਬੰਦੇ ਹਨ ਉਹਨਾਂ ਜਨਾਨੀ ਲਿਆ ਦਿੱਤੀ ਉਹਦੇ ਵਿੱਚ ਉਹ ਬੈਠਾ ਹੋਇਆ ਅੱਛਾ ਜੀ ਤਾਂ ਬਾਬਾ ਕਾਫੀ ਵਡੇਰਾ ਸੀ ਮੈਂ ਵੇਖਿਆ ਉਹ ਬਾਬਾ ਕਾਫੀ ਵਡੇਰਾ ਸੀ ਲੰਬਰਦਾਰ ਸੀ ਜੀ ਪੱਠਾਂ ਦਾ ਜੀ ਉਹਦੇ ਵਿੱਚ ਬੇਟਾ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ ਨਾ ਜੀ ਉਸ ਵੇਲੇ ਬੱਚਾ ਜਿਹੜਾ ਨੇ ਐਡਾ ਕੁਛ ਉਹਦਾ ਨਾਮ ਯਾਦ ਹੈ ਕਿ ਤੁਹਾਨੂੰ ਨਹੀਂ ਉਹਦਾ ਯਾਦ ਨਹੀਂ ਉਹਦਾ ਨਾਮ ਅੱਛਾ ਜੀ ਇਹ ਜ਼ਮੀਨ ਫਿਰ ਪਾਠਾਂ ਦੀ ਵੀ ਤੁਸੀਂ ਵਾਂਦੇ ਰਹੇ ਉਹ ਵੀ ਵਾਂਦੇ ਰਹੇ ਉਹ ਵੀ ਵਾਂਦੇ ਰਹੇ ਅਤੇ ਤੁਹਾਡੇ ਪਿੰਡ ਸਕੂਲ ਹੈ ਸੀ ਕੋਈ ਸਕੂਲ ਨਹੀਂ ਸੀ ਤੁਹਾਡੇ ਨੇੜੇ ਸਕੂਲ ਹੈ ਸੀ ਮੰਗੋ ਕੀ ਸਕੂਲ ਹੈ ਸੀ ਅੱਛਾ ਅਤੇ ਉਹ ਫਿਰ ਜਦੋਂ ਤੁਸੀਂ ਬਾਲ ਸੋ ਅਤੇ ਖੇਡਾਂ ਕੀ ਖੇਡਦੇ ਹੁੰਦੇ ਹੋ ਖੇਡਾਂ ਖੇਡਦੇ ਹਜੇ ਕਿ ਖਿੱਦੂ ਟੱਲਾ ਬੜਾ ਖੇਡਦੇ ਸਾਂ ਉਹ ਕਿਵੇਂ ਬਣਾਉਂਦੇ ਹੋ ਖੁਦ ਖਿੱਦੂ ਟੱਲਾ ਖਿੱਦੂ ਟੱਲਾ ਡੇਰਾ ਸਭ ਇਕੱਠੀਆਂ ਕਰਕੇ ਨਾ ਉੱਤੇ ਬਾਲਣਾ ਧਾਗਾ ਅੱਛਾ ਉਹ ਮਾਂ ਨੂੰ ਜਾਂ ਭੈਣ ਨੇ ਜੋ ਤੁਹਾਨੂੰ ਆਖਣਾ ਇਹਨੂੰ ਸਾਨੂੰ ਲੰਘਾ ਦੇ ਅੱਛਾ ਉਹ ਫਿਰ ਨਾ ਇੱਕ ਤਰੋਪਾ ਇੱਥੇ ਲਾਉਣਾ ਇੱਕ ਇੱਥੋਂ ਕੁੜੀਆਂ ਜਿਹੀਆਂ ਬਣਾ ਦੇਣੀਆਂ ਜਿਵੇਂ ਜਾਲ ਦੀਆਂ ਹੁੰਦੀਆਂ ਜੀ ਜੀ ਉਹ ਬਣਾ ਲੈਣੀਆਂ ਅੱਛਾ ਜਾਂ ਖੇਡਦੇ ਹੁੰਦੇ ਹਜੇ ਕਿ ਲੱਕੜ ਕਾਠ ਬੜਾ ਬਣਿਆ ਜੰਗਲ ਬੜਾ ਖੜਾ ਹੁੰਦਾ ਸੀ ਜੀ ਉੱਥੋਂ ਦੋ ਡੰਡੇ ਵੱਢ ਲਿਆਉਣੇ ਜੀ ਜੀ ਉਹ ਇੱਕ ਜਿਹੜਾ ਨਾ ਉਹਦੇ ਵਿੱਚ ਅੰਜ ਕਰਨ ਮਿਸਤਰੀ ਨੂੰ ਆਖਾਂ ਇੱਥੋਂ ਚੂਲ ਕੱਢ ਦੇ ਅੱਛਾ ਉਸ ਨੇ ਇੱਥਾਂ ਮੋਰੀ ਕੱਢ ਦੇਣੀ ਜੀ ਦੂਜਾ ਜਿਹੜਾ ਇੱਥੇ ਚਾਹ ਜ਼ਮੀਨ ਚਾਹ ਕਰਨਾ ਉਹਦੇ ਉੱਤੇ ਅੰਜ ਕੇ ਚੂਲ ਬਣਾ ਲੈਣੀ ਉਹਦੇ ਵਿੱਚ ਜਾਂ ਉਹਨੂੰ ਦੇਣਾ ਦੇ ਦੇਣਾ ਇੱਕ ਉਧਰ ਕੀ ਬਣਾ ਲੈਣੀ ਜੀ ਨਹੀਂ ਜੀ ਨਹੀਂ ਉਹ ਇੱਕ ਉਧਰ ਬਹਿ ਜਾਣਾ ਜਿਵੇਂ ਪੂੰਡੇ ਦੇ ਬਹੁਤ ਇੱਕ ਮੁੰਡੇ ਉਧਰ ਬਹਿ ਜਾਣਾ ਰੱਤੀ ਪਾਈ ਹੋਣੀ ਉਹ ਫੂੰਟੇ ਲੈਣੇ ਨੇ ਅੱਛਾ ਫੂੰਟੇ ਲੈਣ ਜੀ ਅੱਛਾ ਇਹ ਜਿਹੜਾ ਤੁਹਾਡਾ ਜ਼ਿਮੀਦਾਰੀ ਦਾ ਕੰਮ ਸੀ ਇਹਦੇ 'ਚ ਹਾਲ ਪੰਜਾਲੀ ਦਾ ਕੰਮ ਵੀ ਹੁੰਦਾ ਉਹ ਫਿਰ ਤੁਸੀਂ ਤੁਹਾਡੇ ਪਿੰਡ ਮੁਸਲਮਾਨ ਤਰਖਾਣ ਸਨ ਮੁਸਲਮਾਨ ਤਰਖਾਣ ਸੀ ਅੱਛਾ ਮੁਸਲਮਾਨ ਤਰਖਾਣ ਸਨ ਉਹ ਉਹਨਾਂ ਕੋਲੋਂ ਤੁਸੀਂ ਆਪਣਾ ਕੰਮ ਕਰਾਉਂਦੇ ਸੀ ਕੰਮ ਕਰਾਉਂਦੇ ਅੱਛਾ ਅਤੇ ਕੋਈ ਉਸ ਦੌਰ 'ਚ ਤੁਸੀਂ ਵਿਆਹ ਸ਼ਾਦੀ ਵੀ ਵੇਖੇ ਨੇ ਬੜੇ ਵੇਖੇ ਨੇ ਅੱਛਾ ਉਹਨਾਂ 'ਚ ਫਿਰ ਕੀ ਹੁੰਦਾ ਸੀ ਵਿਆਹਾਂ ਸ਼ਾਦੀਆਂ 'ਚ ਕਿਵੇਂ ਕੀ ਖਾਣ ਪੀਣ ਨੂੰ ਦਿੰਦੇ ਸਨ ਅਤੇ ਕਿਵੇਂ ਜੰਜਾਂ ਜਾਂਦੀਆਂ ਹੁੰਦੀਆਂ ਸਨ ਠੀਕ ਹੋ ਗਿਆ ਉਹ ਨਹੀਂ ਜੀ ਇਸ ਨਹੀਂ ਕਰਦੇ ਹਜੇ ਕਿ ਇੱਕ ਕੁੜੀ ਦਾ ਵਿਆਹ ਹੁੰਦਾ ਸੀ ਜਾਂ ਮੁੰਡੇ ਦਾ ਵਿਆਹ ਹੁੰਦਾ ਸੀ ਜੀ ਸਾਰਿਆਂ ਸਾਕਾਂ ਦੀਆਂ ਦਵਾਈਆਂ ਅਤੇ ਸਾਰੇ ਪਿੰਡ ਦੀਆਂ ਦਵਾਈ ਵਾਹ ਜੀ ਵਾਹ ਕਿ ਯਾਰ ਲਾ ਦੋ ਕੜੀਆਂ ਰਹਿ ਰੱਖ ਲੈ ਇਹਦਾ ਲੰਘ ਰਹਿ ਜਾ ਯਾਰ ਲਾ ਦੋ ਕੜੀਆਂ ਰਹਿ ਰੱਖ ਲੈ ਵਾਹ ਜੀ ਠੀਕ ਹੈ ਜੀ 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 ਅਤੇ ਸਾਰੇ ਪਿੰਡ ਦੀ ਮਦਦ ਹੁੰਦੀ ਸੀ ਜੀ ਕਿਸੇ ਕੋਈ ਚੌਲਾਂ ਦੀ ਲੱਪ ਚੌਲ ਬੋਲਦੇ ਸਨ ਤਾਂ ਉਹ ਵੀ ਇਸ ਤਰ੍ਹਾਂ ਉੱਖਲੀਆਂ ਹੁੰਦੀਆਂ ਸਨ ਜੀ ਅਤੇ ਮੂਲੀਆਂ ਬੜੀਆਂ ਲੰਮੀਆਂ ਲੰਮੀਆਂ ਹੁੰਦੀਆਂ ਅਤੇ ਛੋਟੀਆਂ ਵੀ ਹੁੰਦੀਆਂ ਜੀ ਜੀ
ਉਹ ਵੱਡਾ ਜਿਹੜਾ ਉਹਨੂੰ ਮੂਹਲਾ ਆਉਂਦੇ ਸਨ ਜੀ, ਉਹ ਖਲੋ ਕੇ ਦੇ ਸਨ, ਛੱਡ ਦਿੰਦੀਆਂ ਸਨ ਜੀ, ਮੈਂ ਵੀ ਛੱਡਦਾ ਰਿਹਾ। ਅੱਛਾ ਜੀ। ਇੱਕ ਜਿਵੇਂ ਇਹ ਚੱਕੀ, ਐਡੀ ਕੋਈ ਚੱਕੀ ਬਣੀ ਹੁੰਦੀ ਸੀ ਮਿੱਟੀ ਦੀ ਜੀ, ਉਹਦੇ ਵਿੱਚ ਆਪਣਾ ਨਾ ਉਸ ਜਿਵੇਂ ਆ ਨਹੀਂ ਅੱਜ ਕੱਲ੍ਹ ਬਣਿਆ ਪੈਰਾਂ ਨੂੰ ਮਾਰਨ ਵਾਲਾ ਖੁਰਚਾ ਜਿਹਾ ਜੀ ਜੀ, ਇਸ ਤਰ੍ਹਾਂ ਉਹਦੇ ਵਿੱਚ ਨਹੀਂ ਸਨ, ਟਿਮਕਣੇ ਜਿਹੇ ਨਿਕਲੇ ਹੁੰਦੇ ਹਨ ਜੀ, ਉਹਦੇ ਵਿੱਚ ਪਾ ਕੇ ਦੋ ਜਣ ਫੇਰ ਹੀ ਉਹਨੂੰ ਤੁੰਮ ਜੀ ਪੀ ਲੈਣਾ, ਉਹ ਉੱਤੋਂ ਨਾ ਹਦਰਾਲੀ ਜਾਣੀ ਛਿੱਲੜ ਕੋਈ ਲੈ ਜਾਣੀ ਜੀ ਜੀ, ਬਾਕੀ ਫਿਰ ਮੂਹਲੀਆਂ ਨਾਲ ਛੱਡ ਛੱਡ ਕੇ ਜਿਹੜੀ ਬੱਚੀ ਦਾ ਜਾਂ ਬੱਚੇ ਦਾ ਵਿਆਹ, ਸਾਰਾ ਪਿੰਡ ਹੀ, ਸਾਰਾ ਪਿੰਡ ਵਿੱਚ ਸ਼ਾਮਿਲ ਹੁੰਦਾ ਸੀ, ਮਦਦ ਕਰਦਾ ਸੀ, ਮਦਦ ਕਰਦਾ। ਇਹ ਜੇ ਸਿੱਖਾਂ ਦਾ ਵਿਆਹ ਹੁੰਦਾ ਸੀ ਤਾਂ ਵੀ ਇੰਜ ਹੁੰਦਾ ਸੀ, ਇਸੇ ਤਰ੍ਹਾਂ ਹੀ ਹੁੰਦਾ ਸੀ। ਅੱਛਾ, ਉਹ ਫਿਰ ਤੁਹਾਨੂੰ ਜੇ ਸੱਦਦੇ ਆਪਣੇ ਵਿਆਹ ਸ਼ਾਦੀ 'ਤੇ ਜੀ, ਅਤੇ ਰੋਟੀ ਦਾ ਫਿਰ ਕੀ ਹਿਸਾਬ ਸੀ ਤੁਹਾਡੀ? ਵੱਖਰੀ ਦਾ ਵੱਖਰੀ ਹੁੰਦੀ ਸੀ ਕਿ ਬਾਹਮਣ ਇੱਕ ਹੁੰਦੇ ਸਨ ਜੀ, ਉਹ ਕਿਸੇ ਸ਼ਾਇਦ ਕੁਛ ਨਹੀਂ ਸਨ ਖਾਂਦੇ ਜੀ, ਨਾ ਹਲਾਲ ਅਤੇ ਨਾ ਦੂਜਾ ਜੀ ਜੀ, ਉਹ ਉਹਨੂੰ ਅਸੀਂ ਸਾਰੇ ਲੋਕ ਉਹਦੇ ਤੋਂ ਖਾ ਲੈਂਦੇ ਹਾਂ, ਬਾਹਮਣਾਂ ਦੀ ਰੋਟੀ ਉਹ ਬਾਹਮਣ ਪਕਾਉਂਦੇ ਜਿਵੇਂ ਤੁਹਾਡੀ ਰੋਟੀ ਬਾਹਮਣ ਪਕਾਉਂਦੇ ਸਨ, ਬਾਹਮਣ ਪਕਾਉਂਦੇ, ਬਾਹਮਣ ਸਾਰੀ ਵੀ ਬਾਹਮਣ ਪਕਾਉਂਦੇ, ਅਤੇ ਜੇ ਉਹ ਤੁਹਾਡੇ ਵੱਲ ਆਉਂਦੇ ਹਨ ਤਾਂ ਤੁਹਾਡਾ ਨਾਈ ਪਕਾ ਦਿੰਦਾ, ਸਾਡਾ ਨਾਈ ਪਕਾ ਦਿੰਦਾ ਜੀ। ਅੱਛਾ, ਅਤੇ ਇਹ ਉਹ ਫਿਰ ਜੰਝਾਂ ਕਿੰਨੇ ਕਿੰਨੇ ਦਿਨ ਰਹਿੰਦੀਆਂ ਸਨ? ਜੰਝਾਂ ਜੀ ਮੇਰੇ ਵੇਖਣ ਵਿੱਚ ਦੋ ਰਾਤਾਂ ਤੱਕ ਰਹੀ ਹੈ। ਅੱਛਾ ਜੀ, ਉਦੋਂ ਪਹਿਲਾਂ ਤਾਂ ਜ਼ਿਆਦਾ ਵੀ ਰਹਿੰਦੀਆਂ ਰਹੀਆਂ ਨੇ ਜੀ, ਮਗਰ ਮੇਰੇ ਸੰਭਾਲ ਮੇਰੇ ਵਗੈਰ ਦੋ ਰਾਤਾਂ ਵੀ ਰਹੀਆਂ ਨੇ, ਇੱਕ ਰਾਤ ਜਿਹੜੀ ਇਹ ਤਾਂ ਆਮ ਫਿਰ ਰਹੀ ਹੈ ਨਾ। ਅਤੇ ਜੰਝ ਆਉਂਦੀ ਕਿਹੜੇ ਵੇਲੇ ਸੀ? ਡੀਗਰ ਵੇਲੇ, ਡੀਗਰ ਵੇਲੇ, ਘੋੜੀਆਂ ਅਤੇ ਟਾਂਗਿਆਂ 'ਤੇ? ਟਾਂਗਿਆਂ ਵਾਲਾ ਤਾਂ ਨਾਮੋ ਨਿਸ਼ਾਨ ਹੀ ਕੋਈ ਨਹੀਂ ਸੀ, ਘੋੜੀਆਂ 'ਤੇ ਜਿਹੜਾ ਮੱਡ ਦੁੱਪੜ ਨੇ ਵਿਚਾਰੇ ਪੈਦਲ ਪੈਦਲ ਆ ਜਾਣੇ ਉਹਨਾਂ ਨੂੰ, ਫਿਰ ਆਇਆਂ ਨੂੰ ਜਦੋਂ ਜੰਝ ਨੂੰ ਬਾਣਾ ਮੰਜੀਆਂ 'ਤੇ ਸਰਾਣੇ ਅਤੇ ਖੇਸ ਖੇਸ, ਅਤੇ ਉਹ ਫਿਰ ਉਹਨਾਂ ਨੂੰ ਕੀ ਦਿੰਦੇ ਸੋ ਆਇਆਂ ਨੂੰ? ਉਹ ਜੀ ਮੰਜੀਆਂ ਸਾਰੇ ਪਿੰਡ 'ਚੋਂ ਇਕੱਠੀਆਂ, ਸਾਰੇ ਪਿੰਡ 'ਚੋਂ ਬਿਸਤਰੇ ਲੈ ਕੇ ਇਕੱਠੇ ਕਰਨੇ ਜੀ, ਉਹਨਾਂ ਨੂੰ ਦੁੱਧ ਜਿਹੜਾ ਨਾ, ਜੇ ਕਿਸੇ ਕੋਲ ਇੱਕ ਲਿਆਰੀ ਹੈ ਤਾਂ ਉਹ ਵੀ ਉਹਦੀ ਵੀ ਚੋ ਲਈਏ, ਜੇ ਕੁਝ ਦੋ ਨੇ ਦੁੱਧ ਜਿਹੜਾ ਦਿਲ ਆ ਖੁੱਲ੍ਹਾ ਹੋਣਾ। ਅੱਛਾ ਜੀ, ਜਿਨ੍ਹਾਂ ਨੂੰ ਅੱਜ ਕੱਲ੍ਹ ਗਲਤ ਲਫ਼ਜ਼ ਬੋਲਦੇ ਨੇ ਕਿ ਇਹ ਮੈਦੇ ਦੇ ਲੱਡੂ ਜਿਹੜੇ ਅੱਜ ਵੀ ਬਣੇ ਹੁੰਦੇ ਨੇ ਜੀ ਜੀ, ਇਹ ਕੁਝ ਤਾਂ ਭਾਜੀਆਂ ਭੁਜੀਆਂ ਵੀ ਆ ਜਾਂਦੇ ਨੇ ਕੋਲੋਂ, ਉਹਨਾਂ ਸਾਈਆਂ ਘਰੋਂ ਕਢਾ ਲੈਣੇ ਜੀ, ਅਤੇ ਮਤਲਬ ਵੱਡੇ ਵੱਡੇ ਗਲਾਸ ਹੁੰਦੇ ਆ ਜਾਂ ਕੋਲ ਹੁੰਦੇ ਸਨ ਜੀ, ਉਹ ਦੁੱਧ ਵਾਲੇ ਲੈ ਕੇ ਖਲੋ ਜਾਣੇ, ਲੈ ਬਾਈ ਦੋ ਦੋ ਡਿਗਰੇ ਬਣਾਉਣਾ, ਦੋ ਦੋ ਲੱਡੂ ਦੇਣੇ, ਅਤੇ ਦੁੱਧ ਜਿੰਨਾ ਤੇਰੀ ਮਰਜ਼ੀ ਦਿਲ ਕਰ ਲਓ ਪੀਓ, ਪੀਲਾ 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 ਪੀਲਾ, ਠੀਕ ਹੈ ਜੀ ਜੀ, ਉਹਨਾਂ ਪੀ ਲੈਣਾ, ਅਤੇ ਸ਼ਾਇਦ ਲੱਭਦੀ ਕੋਈ ਮਾੜਾ ਵਗਤ ਸੀ ਜੀ, ਅਤੇ ਦੋ ਦਵਾਈ ਮੰਗਦੇ ਵੀ ਯਾਲਾ ਦੋ ਕੜੀਆਂ ਰਹਿ ਰਹਿ ਰਹਿ, ਅਤੇ ਰੋਟੀ ਫਿਰ ਵੀ ਥੋੜ੍ਹੀ ਜਾਂਦੀ ਸੀ ਜੀ ਜੀ। ਸ਼ਾਮ ਨੂੰ ਫਿਰ ਕੀ ਦਿੰਦੇ ਹੋ? ਸ਼ਾਮ ਨੂੰ ਦਿੰਦੇ ਜੀ ਗੁੜ ਦੇ ਚੌਲ। ਅੱਛਾ, ਅਤੇ ਨਾਲ ਲੂਣ ਵਾਲੇ ਚੌਲ, ਨਾਲ ਲੂਣ ਵਾਲੇ ਚੌਲ, ਇਹ ਜੰਝ ਦੀ ਖਿਦਮਤ ਕਰ ਦਿੱਤੀ ਅਤੇ ਅੱਲਾ ਨੇ ਵਕਤ ਸਾਰ ਦਿੱਤਾ, ਠੀਕ ਹੈ। ਸੁਬਾਹ ਉੱਠੇ, ਨਾਲ ਨੂੰ ਹੋ ਕੇ ਰੋਟੀ ਪਾਣੀ ਤਾਣੀ ਆਪਣਾ ਨਮਾਜ਼ ਮੁਜ ਪੜ੍ਹ ਕੇ ਆ ਗਏ, ਬਹਿ ਗਏ, ਉੱਕੇ ਉਹਨਾਂ ਨੂੰ ਪੈ ਆਏ ਸਨ, ਚਿਕਣ ਲੱਗ ਪਏ। ਫਿਰ ਜਨਾਬ ਉਹ ਦੁੱਧ ਜਿਹੜਾ ਰਾਤ ਦਾ ਵਧਿਆ ਹੋਣਾ ਨਾ ਜੀ ਜੀ, ਉਹਨੂੰ ਫਿਰ ਉਹ ਘਰ ਵਾਲਿਆਂ ਲੱਸੀ ਲਾ ਦੇਣੀ ਜੀ, ਲੱਸੀ ਲਾ ਕੇ ਫਿਰ ਤੂੰ ਵੀ, ਤੇਰੀ ਵੀ ਜਨਾਨੀ ਮਾਂ ਲੱਗ ਪਈ ਹੈ, ਮੇਰੀ ਵੀ ਲੱਗੀ, ਉਹ ਸਾਰੇ ਸਾਰੇ ਰਿੜਕਣ ਲੱਗ ਪਏ ਨੇ, ਰਿੜਕਣ ਲੱਗ ਪੈਣ। ਉਹ ਮੱਖਣ ਕੱਢ ਲਿਆ ਜੀ, ਮੱਖਣ ਕੱਢ ਕੇ ਤਾਂ ਉਹ ਲੱਸੀ ਅਤੇ ਦੋ ਦੋ ਲੱਡੂ ਜੀ, ਅਤੇ ਨਾਲ ਇਹਨਾਂ ਨਾਲ ਮੱਖਣ, ਉਹ ਲਾ ਜਾਓ ਖਾਓ, ਉਹ ਲਓ ਖਾਓ ਖਾਓ, ਪੀਓ ਲਵੇ ਲੱਸੀ ਪਾਣੀ ਪੀ ਲਓ, ਠੀਕ। ਉਹਨਾਂ ਲੱਸੀ ਪਾਣੀ ਪੀ ਲੈਣਾ ਜੀ, ਉਹਨਾਂ ਫਿਰ ਬੰਨੇ ਕਈਆਂ ਨਿਕਲ ਜਾਣਾ, ਕਈਆਂ ਵਡੇਰੇ ਉੱਥੇ ਬੈਗ ਚਿੰਗਣਾ, ਬੰਨੇ ਫਿਰਨਾ ਟੁਰਨਾ ਖੂਹਾਂ ਛੂਹਾਂ 'ਤੇ, ਉੱਥੇ ਜਾ ਕਰੋ, ਲੈ ਯਾਰ ਖੂਹ ਜਰਾ ਕੋਈ ਗੇੜ ਕੇ ਵੇਖੀਏਗਾ, ਬਾਜ਼ਾਰ ਜਰਾ ਕੋਈ ਇੱਕ ਜਿਹਾ ਕੋਲ ਹੋਇਆ ਲੱਕੜ ਵਾਵੇ ਚੁੱਕ ਕੇ ਵੇਖੀ, ਸ਼ੁਗਲ ਕਰ ਲੈਣਾ, ਸ਼ੁਗਲ ਕਰ ਲੈਣਾ, ਆਪਣੀ ਰੋਟੀ ਰਾਟੀ ਹਜ਼ਮ ਕਰ ਲੈਣੀ, ਹਜ਼ਮ ਕਰ ਲੈਣੀ। ਅੱਛਾ, ਇਹ ਗੱਲ ਦੱਸੋ, ਇਹ ਜਿਹੜੇ ਸਿੱਖ ਸਨ ਜੀ, ਇਹ ਇਹਨਾਂ ਦਾ ਜਿਹੜਾ ਉਸ ਜ਼ਮਾਨੇ 'ਚ ਚੋਰੀ ਚਕਾਰੀ ਦਾ ਵੀ ਡੰਗਰਾਂ ਡੁੰਗਰਾਂ ਦੀ ਦਾ ਬੜਾ ਰਿਵਾਜ਼ ਸੀ ਜੀ, ਬੜਾ ਰਿਵਾਜ਼ ਸੀ, ਮੁਸਲਮਾਨ ਵੀ ਕਰਦੇ, ਮੁਸਲਮਾਨ ਤੁਹਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਮਸ਼ਹੂਰ ਡੰਗਰ ਖੋਲਣ ਵਾਲਾ ਕੋਈ ਚੋਰ ਕੋਈ ਹੈ ਤੁਹਾਡੇ ਦਿਨ 'ਚ? ਨਾ ਹਾਂ ਜੀ, ਦੱਸੋ। ਹਾਂ, ਇਹ ਨਾ ਆਪਣਾ ਜੀ ਅੰਗਰੇਜ਼ਾਂ ਦੀ ਹਕੂਮਤ ਸੀ ਉਹ ਚਲੇ ਜੀ ਜੀ, ਅਤੇ ਇਹ ਨਾ ਆ ਬੈਂਕੀ ਵਾਲਾ ਹਜ਼ਾਰਾ ਸਿੰਘ, ਹਜ਼ਾਰਾ ਸਿੰਘ। ਅੱਛਾ, ਇਹ ਜੀ ਮੇਰੀ ਸੰਭਾਲ ਵਿੱਚ ਵੇਖਿਆ ਮੈਂ। ਅੱਛਾ ਜੀ, ਇਮਨਾਬਾਦ ਦੀ ਮੰਡੀ ਵੇਖਿਆ। ਅੱਛਾ ਜੀ, ਅੰਗਰੇਜ਼ ਡਿਪਟੀ ਸੀ ਤੁਹਾਡੇ ਖੁਦਰਾਂ ਨੇ ਆ ਕੇ ਉਹ ਲੱਗਾ ਸੀ ਜੀ, ਹੈ ਤਾਂ ਗੱਲ ਤਹੀਨ ਵਾਲੀ? ਨਹੀਂ ਨਹੀਂ ਨਹੀਂ, ਗੱਲ ਤਾਂ ਜਿਹੜੀ ਤੁਸੀਂ ਵੇਖੀ ਉਸ ਜ਼ਮਾਨੇ ਦੀ ਗੱਲ ਜਿਹੜੀ ਉਹ ਕਰਨੀ ਤਾਂ ਪਏਗੀ, ਜ਼ਮਾਨਾ ਤਾਂ ਉਹੀ ਹੈ ਜਿਹੜਾ ਪਹਿਲੇ ਦਿਨ ਸੀ, ਅੱਗੋਂ ਅਸੀਂ ਬਦਲ ਗਏ, ਅਸੀਂ ਬਦਲ ਗਏ, ਠੀਕ ਹੈ ਜੀ। ਇਮਨਾਬਾਦ ਮੰਡੀ ਲੱਗੀ ਸੀ ਅਤੇ ਉਸ ਆਉਂਦਿਆਂ ਇੱਕ ਐਲਾਨ ਕੀਤਾ ਸੀ ਉਸ ਡੀ ਸੀ ਨੇ, ਹਾਂ ਉਸ ਆਖਿਆ ਸੀ ਕਿ ਅੰਗਰੇਜ਼ ਨੇ
कि मैनू माँ ने जदों जमया तो उन्होंने बड़ी रीह सी, बड़ा चाह सी कि पंजाब खराब बड़ी, तो मैं तेन पुत्र पंजाब च घलना, पंजाब च घलना पा इधर हिंदुस्तान वाले पंजाब च, पंजाब ही घलना। अच्छा, तो मैं वेखना ये वे कि इतने केड़ा माँ का पुत्र है कि जरा बच के टुर जाए मेरे हाथों चो, जुरैम पेशा जोड़ा है, जरा जुरैम पेशा। तो मैं कुआरी नौजवान बची हो सिर तो लग के पैरों तक जेवर पना दें, तो उन्होंने जंगल का वगत जूह बथेरिया पे मैं टोर दें, तो मैं वेखा के माँ का पुत्र जरा जेवर लाद है अख पुट के बहन। क्या बात, क्या बात। अच्छा जी, उस जनाब इमनाबाद मंडी लगी हुई थी, इमनाबाद की मंडी बड़ी मशहूर विसाखी की, विसाखी की जी, तो वह भैड़ों के फिर छड़िए भी भैड़े होंगे, वह जनाब जो जरा बैंक दारू जी तो खतरिया लोगों दचारियों शेख तो खतरी जे ही कोई दुकानदारी कर दें, तो बाकी लोगों को पता ही कौन नहीं थी जी। शराब शुरू पीते गुंडे थार नार रले सन जी, डांगा कोल सन, डांगा दी रवाज सी जी, मारनी छावड़ी ने ठो जा तेनू नहीं पता हजारू बैंक वाला, हाँ हजारू बैंक वाला मेले च आ गया, तेनू नहीं पता हजारू बैंक वाला। क्या बात, डिप्टी वेख्या पूछा हाँ कौन है जी, हजारों बैंक वाला इन्हों आखे फड़ लो जी, फड़ लो हूँ फड़ लिया। विसाखी कमियार बड़े जाते हैं खोते लैके जी, उन्होंने को सूआ लियाओ, सूआ लिया इनू नत्थ मारो। अच्छा, जिमें बंदर गया जिम्मे मारी दी, जिम्मे रेच न मारी दी, इतने नत्थ मार दो, बाकी तो नस गया सरदार बंदा वो सी उन्होंने पक्का जी। तो साढ़े बुजुर्ग भी यही गल आते हैं कि बुरे ना बुरे की माँ को पहले मारो, मैं अगर होर ना कुछ होर ना जा, ठीक गल। उन्होंने जनाब नत्थ मार दी, सिपाहियों एक दून मगर ला दिता, हाथ सोटियाँ फसा दतिया जी, उन्हें जनाब फिर उन्होंने मंडी के पाना। अच्छा, इबरत का निशान बना दिता, सोटी तो सोटी मारनी, चीना चीना चीन मचीन, हाँ भाई तू तू पूनिया किमें वटेंदा, तो तू चरखा किमें कत्तेंदा, तो तू आ किमें करेंदा। अच्छा, मंडी के पुआया अठ दिन मंडी रही, अठ दिन पूरे उत्थे कीते। अच्छा, उदू पिछे अज तक ओरी वाह नहीं पी, वह है कि नहीं कि किथे गया तो किथे नहीं गया। वो सुने लोगों आके बहकना चाहता सी भी उठो मैं फलाना वहां दे डंगर खोल, डंगर खोल लैना। अच्छा, ये तुसा उस जमाने का बंदा सुनया, सुने होर भी बड़े सुने, होर भी सुने ने। ਇਹਦਾ ਜਿਹੜਾ ਸੀ ਕਿ ਬੱਚਾ ਰਾਤ ਨੂੰ ਰੋਂਦਾ ਸੀ ਤੇ ਮਾਂ ਦੀ ਸੀ ਚੁੱਪ ਕਰ ਵੇ ਹਜ਼ਾਰੋਂ ਬੈਂਕਿਆਂ ਵਾਲਾ ਹੈ, ਇੰਨੀ ਦਹਿਸ਼ਤ ਤੂੰ ਬੱਚਾ ਚੁੱਪ ਕਰ ਜਾਂਦਾ ਸੀ। ਅੱਛਾ, ਤੁਹਾਡੇ ਉਸ ਇਲਾਕੇ 'ਚ ਕੋਈ ਚੰਗੀ ਕੌਡੀ ਖੇਡਣ ਵਾਲਾ ਭਲਵਾਨ, ਕੋਈ ਕੁਸ਼ਤੀ ਕਰਨ ਵਾਲਾ ਹੈ ਐਜ਼ ਇੰਚ ਕਿਸੇ ਦਾ ਨਾਂ? ਨਾਂ ਤਾਂ ਨਹੀਂ ਯਾਦ, ਕਿਉਂਕਿ ਬੜਾ ਪੁਰਾਣਾ ਜੀ, ਪੁਰਾਣਾ ਵਾਕ, ਨਾਲੇ ਹੁਣ ਪੀਆਂ ਬੜੀਆਂ 'ਚ ਆ ਗਏ ਹਾਂ। ਹਾਂ ਜੀ ਜੀ, ਕਿਰਪਾਲ ਮੇਲਾ ਲੱਗਾ ਸੀ ਅਤੇ ਜੱਟਾਂ ਦਾ ਇੱਕ ਮੁੰਡਾ ਸੀ, ਸਾਡੇ ਪਿੰਡ ਉਹਦੀ ਭੈਣ ਵਿਆਹੀ ਸੀ, ਅਤੇ ਮੁਸਲਮਾਨ ਮੁਸਲਮਾਨ ਜੀ, ਅਤੇ ਸਾਈ ਦਾ ਸ਼ਗਿਰਦ ਸੀ ਜੀ, ਉਹ ਸਾਰੇ ਜਟਕੇ ਜੁਟਕੇ ਬੰਦੇ ਸਨ, ਉਹ ਤੇਲ ਸ਼ੇਲ ਮਾਰ ਕੇ ਜਿਵੇਂ ਕਰਦੇ ਨੇ ਉਹ ਕੀਤਾ ਕੁੱਤਾ ਸਾਮਾ ਜੀ, ਉਹਦੇ ਵੱਲ ਮੁੰਡਾ ਮੂੰਹ ਕੋਈ ਨਾ ਕਰੇ ਜੀ, ਇੱਕ ਸੁਨਿਆਰਾ ਮੁੰਡਾ ਤੁਹਾਡੇ ਪਿੰਡ ਦਾ ਕਿ ਹੋਰ ਪਿੰਡ ਦਾ, ਕਿਸੇ ਹੋਰ ਪਿੰਡ ਬਾਠਾਂ ਦਾ, ਬਾਠ ਇੱਕ ਪਿੰਡ ਉੱਥੋਂ ਦਾ, ਬਲੈਨ ਉਹਦੇ ਗੱਲ ਸੌਣ ਦੇ ਦਿਨ ਸਨ ਜੀ, ਉਹਦੇ ਨੇੜੇ ਕੋਈ ਨਾ ਮੁੰਡਾ ਆਵੇ, ਕਿਉਂਕਿ ਉਹ ਮੁੰਡਾ ਬਾਬਾ ਭਾਰਾ ਸੀ, ਜਾਨ 'ਚ ਸੀ, ਬੜੀ ਜਾਨ 'ਚ ਚੌਖਿਆਂ ਮੁੰਡਿਆਂ ਨਾਲ ਭਾਰਾ ਸੀ ਜੀ ਜੀ, ਉਹ ਆਖਣਗੇ ਯਾਰ ਇਹਦੇ ਨੇੜੇ ਬੰਦਾ ਕੋਈ ਨਹੀਂ ਆਉਂਦਾ, ਅਤੇ ਮੇਰੀ ਸਲਾਹ ਮੈਂ ਇਹਦੇ ਨਾਲ, ਮੈਂ ਇਹਦੇ ਨਾਲ ਦੋ ਹੱਥ ਕਰਾਂ, ਵੇਖ ਲੈਂਦੇ ਹਾਂ ਕੀ ਉਹ ਚੱਲਿਆ। ਉਹਦੇ ਉਸਤਾਦ ਵੀ ਉਹਦਾ ਨਾਲ ਆਇਆ ਸੀ, ਸਾਈ ਸੀ, ਉਹ ਡੇਰਾ ਸੀ, ਉਹਨੂੰ ਆਖਣਗੇ ਜੀ ਆਹ ਮੁੰਡਾ, ਉਸ ਆਖਿਆ ਬਾਈ ਗੱਲ ਸੁਣੋ ਮੈਂ ਨਹੀਂ ਜੀ ਇਹਦੇ ਨਾਲ ਖੁਲਾਉਣਾ, ਮੁੰਡਾ ਮਰਵਾਉਣਾ ਜੇ। ਉਹ ਸੁਨਿਆਰੇ ਮੁੰਡੇ ਨੂੰ ਬੜਾ ਗੁੱਸਾ ਆਇਆ ਇਸ ਗੱਲ ਦਾ, ਉਹ ਆਖਿਆ ਬਾਬਾ ਅਗਲੀ ਗੱਲ ਦਾ ਰੱਬ ਨੂੰ ਪਤਾ, ਹੁਣ ਤੂੰ ਜੇ ਆਖਿੰਦਾ ਨਾ ਕਿ ਇਹਨੂੰ ਜ਼ਮੀਨ 'ਤੇ ਕੰਡ ਲਾਉਣੀ ਤਾਂ ਜ਼ਮੀਨ 'ਤੇ ਲੱਗੇ ਦੀ। ਵਾਹ, ਇੰਨਾ ਮਾਹਿਰ ਸੀ ਉਹ, ਅਤੇ ਜੇ ਤੂੰ ਆਖਿੰਦਾ ਨਾ ਜ਼ਮੀਨ 'ਤੇ ਹੋਵੇ ਤਾਂ ਨਾ ਸਮਾਨ 'ਤੇ ਹੋਵੇ, ਅੱਧ ਵਿਚਕਾਰ ਲਾਵਾਂ, ਵਿਚਲੇ ਸਾਨੂੰ ਲੱਗੇ ਤਾਂ ਫਿਰ ਵੀ ਉਹ ਵੀ ਲਾਵਾਂਗਾ। ਠੀਕ ਗੱਲ, ਠੀਕ ਹੈ ਜੀ, ਉਹਨਾਂ ਦੀ ਮਜਬੂਰੀ ਸੀ, ਹੋਇਆ ਮੁੰਡਾ। ਮੈਂ ਹੁਣ ਵੀ ਇਹ ਸੋਚ ਰਿਹਾ ਵਾਂ ਕਿ ਉਹ ਮੁੰਡੇ ਨੂੰ ਚੁੱਕ ਨਹੀਂ ਸਕਦਾ, ਉਹਦੇ ਵਿੱਚ ਪਤਾ ਨਹੀਂ ਕੁਦਰਤ ਲਾਈ ਕੈਸੀ ਸੀ ਜੀ ਜੀ, ਉਹਨੂੰ ਸਿਰਫ ਉਂਝ ਆ ਕੇ ਨਾ ਕਿ ਤੂੰ ਇਹਨੂੰ ਚੁੱਕ ਲੈ, ਜਵਾਬ ਤਾਂ ਇਹ ਨਹੀਂ ਚੁੱਕ ਸਕਦਾ, ਚੁੱਕ ਨਹੀਂ ਸਕਦਾ, ਪਤਲਾ ਜਿਹਾ। ਉਸ ਲਾਕੋ ਦੇ ਤੋਤੀ ਜੀ ਉਸ ਲਾਂਘੜ ਖਿੱਚੀ, ਉਸ ਸਲਾਮ ਦੁਆਲੀ ਉਸ ਡੋਲੇ ਘੱਥ ਇੱਥੋਂ ਧੌਣ ਤੋਂ ਪਾ ਲਿਆ, ਕਿ ਜਿੱਥੇ ਡੰਠ ਪਾ ਲਿਆ ਤਾਂ ਉਸ ਤਲੀਆਂ ਦਾ ਚੁੱਕ ਲਿਆ। ਵਾਹ, ਉਹਨੇ ਕਿਹਾ ਹੁਣ ਦੱਸੋ ਕਿੱਥੇ ਤਰ੍ਹਾਂ, ਦੱਸੋ ਇੱਥੇ ਹੀ ਰਹਿਣ ਦੇ ਜਾਂ ਜ਼ਮੀਨ 'ਤੇ ਲਿਆਵਾਂ? ਉਹਨੂੰ ਉਸ ਡੋਲ ਉਸੇ ਦਿਨ ਜਿਵੇਂ ਚੁੱਕਿਆ ਸੀ ਉਸੇ ਤਰ੍ਹਾਂ ਉਹਨੂੰ ਖਿਲਾਰ ਦਿੱਤਾ, ਪਰਤ ਕਿਉਂ ਕਿਸੇ ਬੰਦੇ ਦੀ ਨਜ਼ਰ ਹੀ ਨਹੀਂ ਆ ਗਾਇਬ ਹੈ। ਅੱਛਾ, ਇਹ ਗੱਲ ਦੱਸੋ ਉੱਥੇ ਸਾਰਾ ਤੁਸੀਂ ਵੱਸਦੇ ਰਸਦੇ
दुआले तुहाडे पिंड सिक्कां दे सन, उन्हां दा रकबा वी तुसीं ठेके ते बांधदे रहे। ते इह जदों फिर रौला गौला पैणा शुरू होया वी हुण इहनां इधरों टुर जाणा है, ते उह फिर किवें किवें समझ आउणी शुरू होई, ते की कुछ तुसां उहदे च कुछ सुणिया जां वेख्या? वेख्या जी इह वे कि असल तो यह वे कि दोवें बरादरियां जिहड़ियां दोवें ही परेशान सन। अच्छा जी। मुसलमान भी परेशान सन जी, ते सिख जां हिंदू जिहड़े सन उह भी परेशान सन कि यार साडा खलाक नाल प्यार नाल तफाक नाल वसदे सां। अच्छा जी। कि साडियां असीं सारियां इह समझदे कि ऐ धी फलाने दी नहीं, सारे पिंड दी। अच्छा अच्छा, इन्ने प्यार मुहब्बत नाल वसदे सन। काफ़ी ऐसियां मिसालां ने जिन्हां तक मैं दस नहीं सकता कि धी गरीब दी है, साई दी है, तो वह लगी होंगी चौधरी है, सरदार है, नंबरदार है, पहलवान है, फन्ने खां तगड़ा है, तगड़ा है, वह घोड़ी से बैठा है, उस वेख्या कि धी तो जवाई लगे होंगे ने। अच्छा। घोड़ी तो उतर बैठा है, वह पुत्रा बह जा घोड़ी से। वाह, कि मेरे पिंड की धी है, मेरी धी है, ये मेरा जवाई है, टुरते जाते हैं, टुरते जाते ये साधता कि दू एक दूजे की हमदर्दी। क्या बात, हकीकतन क्या बात। वह घोड़ी से बहया आ गए ने, उदा का जरा कार उस घोड़ी फड़ी, सरदार जी अपना ना अपनी घोड़ी ले लो, साडा जवाई कार आ गया। वह वाह भाई वाह है शदाई जहा, वो धियां को दे के फिर ले दी। क्या बात है, इस तरह वसते सन लोग एक दूजे न, धियां दे के फिर ले लेनी, लाजमा नहीं लैनी, लाजा इन्नी वरतों, इन्नी वरतों, तो इन्ना हयात, इन्ना खलाक। क्या बात, क्या वो फिर की एकदम फिर की हो गया? बस कुदरत का एक निजाम है जी, इन्हें कि जिन्हें को तुहाडे को तजर्बे ने जां जिन्नियां तुसीं इलम पढ़े ने, असीं बिल्कुल सादे जे जट नहीं, तुहाडा माशाल्लाह साडे नालों ज़्यादा इलम है, तुहाडी उम्र है, उम्र तो बेशक है वे, मगर वो उम्र जिहड़ी है ना, उहदा कोई असल मकसद नहीं हल होया। कि मैं इतने एक शेर बोलना होना वा, गफलत अंदर उम्र गुजारी, मनिया नहीं तेरा कोई मैं फरमान है अल्लाह, जद मिले चार चफेरियों तके, सुने मैं दर तेरा मलिया हूं आन। क्या बात, क्या बात, क्या बात, क्या तू मारे तके ते मैं हाँ झूठा, पर तेरी रहमत बाज नहीं दिसदा होर कोई थान अल्लाह। माशाल्लाह माशाल्लाह। नेकी ते एक ना कोई सोनिया नजर आवे, गुणा ते लगे दिस देने ढेर अल्लाह, जे मेरिया गुणा नू नेकियां विच कर तब्दील देवें, दिसदा नहीं कोई तेरा सलाहगीर अल्लाह, जे तू आखे निकल लै जा मेरी जमीन तो, दिसदा नहीं होर कोई थां अल्लाह, जे तू आखे लै निकल जा मेरे समान हेठों, किथे जाए दी मेरी शोधी जान अल्लाह। नहीं मैं हम ध्यान हिसाब देन जोगा, डाढ़ा हाँ खतागार अल्लाह, तेरी रहमत बड़ी वसी दिसे, करे रहमत बख्श दें जग सारा, सखी जो है तेरा नाम है अल्लाह। माशाल्लाह माशा, बहुत अच्छे। जो उस वक्त दियां बातां वेखां माशाल्लाह, तेजाद की कसम मेरिया आंसू चल जांदी। नहीं तुहाडे आंसू आ गए ने, तुहानू वक्त याद आ के तुहाडा दिल भारा है, ते 73 साल दियां यादां ने अज भी तुहाडे अंदर जिंदा ने, ते असी इत्थे एक आजाद मुंडा गोरे वाले खूह दा नहीं अजे गल पिछे रहनी। अच्छा। वो फिर तुसी वो जदों समा वेख्या जिहड़ा जदों ये वाकयात बने कि इन्हां हुण इत्थों टुर जाणा है, गदर मच गया, बंदा बंदे दा दुश्मन हो गया, उहदे च फिर तुसी की वेख्या? जे वेख्या जी कि मंगोगल का जिहड़ा सी ना फौजा सिंह जी, वो बड़ा पुलवान बंदा सी, अपने वक्त मैं बुढ़ा होया वेख्या जी, वह आंदे कि मैं सारी उम्र चोरी की थी, थाने नशौरे का बूआ नहीं वेख्या। अच्छा, इन्ने असर सुखड़ा आदमी सी। वो आंदे कि जिथे कि तुहाडी सलाम दुआ कादारी बड़ी दूर जी, जिथे तुहाडी सलाम दुआ भी उतो चोरी नहीं की थी। वाह, इन्ना असूल दा पक्का, पक्का जिथे सलाम दुआए अपने पिंड दे लोकां दी उथे भी नहीं की, चोरी नहीं की, चोरी नहीं की, उथे कीती जिथे दी आवाज नहीं आउंदी। आवाज ठीक गल, ठीक है जी। उस वेले जनाब असी उहदी जमीन दे बांदे सां जे जी, ते ओ दो भरा सन निक्का जिहड़े फौजा सिंह, उहदे दो बेटे सन जी, जिहड़ा कि इक एडा कुछ सी, इक एडा कुछ सी जी, दोवां दीआं बीवियां ही सन जी,
एक पिंड का मैं ना नहीं भी याद आता, उत्थे उन्हां दी धी हुंदी सी जी, उत्थे जना भाव मेरे वड्डा जिहड़ा नज़ीर दा वाल सी इहनूं आखण लगे कि सानूं उत्थे छड्डिया, इह जना कोड़े ते पाया उन्होंने उत्थे उन्हां दी भैण दे घर छड्ड आया जी, उत्थे छड्ड आया। उत्थों फिर जी वह दूसरे तीसरे दिन आ गए, वापस आ गए, वापस आ गए। उन्हें पिंड दे लोगों नूं आख्या जी कि यार गल है कि असी कलमा पढ़ना चाहते हैं, अच्छा मुसलमान होना चाहते हैं, ठीक है जी। मगर वह फौजा सिंह सरदार आदमी पलवान एडा कर रकबा वह वाहवा सी, वखरा वह डेरा सी, और किसी के मरला को नहीं सी जी, कि एक बड़ा अपने वगत दे विच जदों वो अपने वगत से ना जी, एक बड़ा फन्ने खां आदमी सी, उस किसी गरीब आदमी की बेटी दे नाल जबरदस्ती की थी, अच्छा वो गरीब जड़ा उन्हें बड़े परेशानी हो गई यार मेरे नाल ज्यादती की थी, जुलम होया, जुलम होया, मेरी गल भी कौन नहीं सुनता, उस उन्हें जनानी काढ ले। इस दौर च के पहला, उस दौर तो पहला, पहला जनानी कढ़ी ये को पनाह लैके आ गया जी, कि सरदार जी मैं तेरे को आ गया, मसला लंघ दा मेरा लंघ लैता, मैं उन्होंने इज्जत लाने का कोशिश कर ली, मैं कर दी। सत सौ बंदा टुर के उदे रगबे दे इत्थे उहदी हद सी ना जी, जी हिंदी सौ सौ बंदा दो दो सौ बंदा इकट्ठा होकर जिस वेले इत्थे आउंदे सन ना जी, ते पैरां नूं ब्रेकां लग जांदियां सन, अच्छा